कबार सारे हाथ जोड़ के गुरु ग्रंथ साहब महाराज के शीश नवाओ, अदब सत्कार नाल आखो डंडौत बंदन अनकबार, डंडौत बंदन डंडौत बंदन सर्व कला डोलन ते नानक नानक गोविंदे मुकंदे उदारे अपारे हरियं करियं निरनामे अकामे नमो राज राजे नमो साज साजे नमो शाह चाहे नमो महामाहे अगम अगोचर सच साहिब मेरा नानक बोले बुलाया तेरा नानक बोले बुलाया तेरा कबीर संत मुए क्या रोई है जो अपने गृह जाए रोवो साकत बापरे जो हाटे हाट बकाए संत मुए क्या रोई है जो अपने गृह जाए रोवो साकत बापरे जो हाटे हाट बकाए। वाहिगुरु जी का खालसा वाहिगुरु जी की फतेह। गज वज के आखो जी वाहिगुरु जी का खालसा वाहिगुरु जी की फतेह। अपना नाम जपावो अपना नाम जपावो अपना देओ अपना नाम देओ अपना नाम देओ अंदरों अंदरों तरला पाओ तन श्री गुरु ग्रंथ साहिब जी अपना नाम जपावो तन श्री गुरु ग्रंथ साहिब जी अपना नाम देओ अपना नाम देओ अपना नाम देओ एक जामे तो दसा जामिया तक ते जिन्ने भगत जन होए गुरबाणी दे विच ताडे चो जिहड़े ज्ञानी लोग ने बाणी पढ़ते ने जड़ियाँ मेरिया धियाँ बाणी पढ़दियाँ बाणी दे दर्शन करो। भगतां दी जदों झोली खुली भगतां ने जदों भांडा रब अगे कीता ये अरदास कीती शेख फरीदे खैर दी जय बंदगी ते तुसी भी अज वड जोधा वपार उपकारी सतगुरु को नाम दी दात मंगियो तुसी भी झोली अड्यो ते हाथ जोड़ के कहना दोएं कर जोड़ ध्यान दियो दोएं कर कर किनू कहिंदे सारे बोलो दोएं कर जोड़ दोएं हाथ जोड़ के मांगू एक दाना। गुरुद्वारे आ गए हो आप अपना टाइम कढ़ के जे किते हाजिर हो के किनका एक कोई किनका सुनिया तो किते मन च वस गया तो नानक होत निहाल जिंदगी तन हो जूगी। दोएं कर जोड़ मांगू एक एक दान मंगदा मैं गुरु ग्रंथ साहब जी हाथ जोड़ के जे तुसी तुठो साहेब तुठे पावां जे तुसी तुठो तो मेरी झोली च पाओ की चाहिदा जे सास सास नानक अराधे आठ पैर गुण गावां सारे बोलो आठ पैर इहदे तो बिना गुजारा नहीं जे तुहाडा ते मेरा तुसी ढिले ढिले ना बोलो उत्साह विच आण के ये बचन कहो भी गुण गावां दिन रात नानक
ਜਿਸ ਤਰ੍ਹਾਂ ਮੈਨੂੰ ਪੁੱਤ ਵਿਆਹੁਣ ਦਾ ਚਾਅ ਹੈ, ਧਿਆਨ ਦਿਓ ਜਿੱਦਣ ਪੁੱਤਰ ਦਾ ਵਿਆਹ ਹੁੰਦਾ ਕਿਤਨਾ ਭੱਜਿਆ ਫਿਰਦਾ ਇਨਸਾਨ, ਆਖੋ ਵਾਹਿਗੁਰੂ। ਜਿੱਦਣ ਪੋਤਰੇ ਦਾ ਜਨਮ ਦਿਨ ਮਨਾਉਂਦਾ ਇਨਸਾਨ ਬੁੱਢਾ ਵੀ ਭੱਜਿਆ ਫਿਰਦਾ ਹੈ। ਚਾਅ ਹੁੰਦਾ ਨਾ ਮਨ 'ਚ, ਨਾਮ ਜਪਣ ਲਈ ਵੀ ਆਪਣੇ ਅੰਦਰ ਚਾਅ ਪੈਦਾ ਕਰੋ। ਗੁਣ ਗਾਵਾਂ ਦਿਨ ਰਾਤ ਨਾਨਕ, ਇੱਕ ਚਾਅ ਚੜ੍ਹੇ ਰੱਬ ਦਾ ਨਾਮ ਜਪਣ ਲਈ। ਰੇ ਮੁੜੇ ਲਾਹੇ ਕੋ ਤੂੰ ਢੀਲਾ ਢੀਲਾ, ਗੁਰਦੁਆਰੇ ਆਉਣਾ ਹੈ ਤਾਂ ਬਹੁਤ ਢਿੱਲਾ ਆਉਣਾ ਹੈ, ਨਾਮ ਦੀ ਦਾਤ ਮੰਗਣ ਲਈ ਤੇਰੇ ਬੁੱਲ ਹਿਲਦੇ ਤਾਂ ਬਹੁਤ ਢਿੱਲੇ, ਤੇਰੀ ਸੁਰਤ ਬੜੀ ਢਿੱਲੀ। ਤੋਟੇ ਕੋ ਵੇਗ ਧਾਇਆ, ਜਿੱਧਰ ਘਾਟਾ ਹੈ ਉੱਧਰ ਨੂੰ ਤੂੰ ਦੌੜਿਆ ਫਿਰਦਾ ਹੈ। ਜਿਹੜੇ ਪਾਸੇ ਮੇਰਾ ਸਾਹਿਬ ਕਹਿੰਦਾ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ, ਉੱਧਰ ਨੂੰ ਤਾਂ ਤੂੰ ਦੌੜਿਆ ਫਿਰਦਾ ਹੈ। ਜਿਹੜੇ ਪਾਸੇ ਗੁਰੂ ਪੁਕਾਰ ਪੁਕਾਰ ਕੇ ਕਹਿ ਰਿਹਾ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ, ਜੈ ਮਹਾਂ ਭੈਣ ਦੂਤ ਜਮ ਦਲੈ ਤੈਂ ਕੇਵਲ, ਬਾਰ ਬਾਰ ਗੁਰਬਾਣੀ ਪੁਕਾਰ ਪੁਕਾਰ ਕੇ ਸਤਿਗੁਰੂ ਜੀ ਫਰਮਾ ਰਹੇ ਨੇ ਨਾਮ ਤੇਰੇ ਨਾਲ ਜਾਣਾ ਹੈ, ਨਾਮ ਤੇਰਾ ਸਹਾਈ ਹੋਣਾ ਹੈ। ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ, ਆਦਿ ਅੰਤ ਇਹਨੇ ਤੇਰੀ ਮਦਦ ਕਰਨੀ ਹੈ, ਮਗਰ ਇਹ ਜਪਣ ਲੱਗਾ ਇਹ ਮੰਗਣ ਲੱਗਾ ਤੂੰ ਬੜਾ ਢਿੱਲਾ ਹੈ। ਰੇ ਮੂੜੇ ਲਾਹੇ ਕੋ ਤੂੰ ਢਿੱਲਾ ਢਿੱਲਾ, ਇਹਦੇ ਲਈ ਤੂੰ ਬੜਾ ਢਿੱਲਾ ਬੋਲਦਾ ਹੈ। ਹੱਥ ਜੋੜ ਇੱਕ ਵਾਰ ਫਿਰ ਕਹੀਏ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਦਿਓ ਆਪਣਾ ਨਾਮ, ਦਿਓ ਆਪਣਾ ਨਾਮ, ਦਿਓ ਹਾਂ ਆਇਆ ਦੂਰੋਂ ਚੱਲ ਕੇ, ਹਾਂ ਆਇਆ ਦੂਰੋਂ ਚੱਲ ਕੇ, ਹਾਂ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਅਜੋ ਆਪਣੇ ਵੀਰਾਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਨ ਲੱਗੇ ਹੋ, ਢਾਡੀਆਂ ਕੋਲੋਂ ਸੁਣਿਆ ਜੇ, ਆਪ ਜੀ ਇੱਕ ਵਾਰ ਮੈਨੂੰ ਦੱਸੋ ਆਪ ਜੀ ਦੇ ਪਿਤਾ ਦਾ ਨਾਮ ਕੀ ਹੈ? ਗੁਰੂ ਅਤੇ ਮਾਤਾ ਮਾਤਾ ਜਿਹੜੇ ਅੱਜ ਸ਼ਹੀਦ ਹੋਏ ਤੁਹਾਡੇ ਕੀ ਲੱਗਦੇ? ਭਰਾਵਾਂ ਦੇ ਬਚਨ ਸੁਣਨ ਲੱਗੇ ਹੋ, ਦੂਰ ਨਾ ਰਹਿਣਾ, ਆਖੋ ਵਾਹਿਗੁਰੂ। ਸੁਰਤ ਨੂੰ ਦੂਰ ਨਾ ਕਰਨਾ ਵੀ ਕਿਸੇ ਦੀ ਗਾਥਾ ਸੁਣ ਰਹੇ ਹਾਂ, ਸਕੇ ਭਰਾ ਵੀ ਇੱਥੇ ਛੁੱਟ ਜਾਣੇ ਨੇ, ਆਖੋ ਵਾਹਿਗੁਰੂ। ਸੱਚਾ ਸਾਕ ਨਾ ਟੁੱਟੀ, ਇਹ ਸੱਚਾ ਸਾਕ ਆ ਬਾਬਾ ਅਜੀਤ ਸਿੰਘ ਦਾ, ਤੇ ਤੁਹਾਡਾ ਰਿਸ਼ਤਾ ਸੱਚਾ ਹੈ, ਆਖੋ ਵਾਹਿਗੁਰੂ। ਉਹ ਕੱਚਾ ਰਿਸ਼ਤਾ, ਆਹ ਜਿਹੜੇ ਭੈਣ ਭਰਾ ਸੱਜਣ ਮਿੱਤਰ ਕਦੋਂ ਮਿਲੇ ਕਦੋਂ ਨਹੀਂ ਮਿਲੇ ਕਦੋਂ ਮੁੱਚੜ ਗਏ, ਇਹ ਕੱਚੇ ਰਿਸ਼ਤੇ ਨੇ। ਇੱਧਰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਸੱਚਾ ਸਾਕ ਨਾ ਟੁੱਟੀ, ਬੋਲੋ ਸੱਚਾ ਸਾਕ ਨਾ ਟੁੱਟੀ। ਬਾਬੇ ਅਜੀਤ ਸਿੰਘ ਦਾ ਤੇ ਤੁਹਾਡਾ ਰਿਸ਼ਤਾ ਨਾ ਟੁੱਟਣ ਵਾਲਾ ਹੈ, ਸੱਚਾ ਗੁਰਮੇਲੇ ਸਹੀਆਂ, ਗੁਰਮੇਲੇ ਇਹ ਜਿਹੜੀਆਂ ਖੰਡੇ ਬਾਟੇ ਵਿੱਚੋਂ ਨਿਕਲੀਆਂ ਸਖੀਆਂ ਨੇ, ਇਹ ਤੁਹਾਨੂੰ ਗੁਰੂ ਨੇ ਮਿਲਿਆ, ਉਹ ਤੁਹਾਡੇ ਫੁਰਨਿਆਂ ਮੁਤਾਬਕ ਮਿਲਾਪ ਹੋਇਆ ਹੈ, ਆਖੋ ਵਾਹਿਗੁਰੂ। ਉਹ ਜਿਹੜੇ ਚਾਚੇ ਤਾਏ ਮਾਮੇ ਪੂਰਬ ਜਨਮ ਕੇ ਮਿਲੇ, ਉਹ ਤੁਹਾਡੇ ਪੂਰਬ ਜਨਮਾਂ ਦੇ ਫੁਰਨੇ ਮੁਤਾਬਕ ਤੁਹਾਡੇ ਚਾਚੇ ਤਾਏ ਭੈਣ ਭਰਾ ਮਿੱਤਰ, ਮਗਰ ਇਹ ਫੁਰਨੇ ਤੋਂ ਰਹਿਤ ਭਰਾ, ਇਹ ਫੁਰਨਿਆਂ ਮੁਤਾਬਕ ਨਹੀਂ ਮਿਲੇ, ਇਹ ਗੁਰ ਮੇਲੇ ਸਈਆਂ, ਗੁਰ ਇਹ ਗੁਰੂ ਨੇ ਸਖੀਆਂ ਮਿਲੀਆਂ ਨੇ ਜਿਹਨਾਂ ਦੀ ਅੱਜ ਸ਼ਹੀਦੀ ਹੈ। ਇਹ ਰਿਸ਼ਤਾ ਗੁਰੂ ਨੇ ਗੰਢਿਆ ਤੁਹਾਡਾ ਅਤੇ ਉਹਨਾਂ ਦਾ। ਆਓ ਉਹਨਾਂ ਵੀਰਾਂ ਦੀ ਸਾਖਾ ਸੁਣਨ ਤੋਂ ਪਹਿਲੋਂ, ਗਾਥਾ ਸੁਣਨ ਤੋਂ ਪਹਿਲੋਂ ਮਾਰ ਕੇ ਚੌਂਕੜੀਆਂ। ਮੈਂ ਬਹੁਤ ਸਾਰੇ ਜਿੱਥੇ ਜਿੱਥੇ ਸ਼ਹੀਦਾਂ ਦੇ ਦੀਵਾਨ ਕਰਕੇ ਆਇਆ, ਫਤਿਹਗੜ੍ਹ ਸਾਹਿਬ ਵੀ ਇਹ ਬੇਨਤੀ ਕੀਤੀ ਸੀ, ਤੁਰਦੇ ਕੋ ਤੁਰਦਾ ਮਿਲੇ, ਬੋਲੋ ਤੁਰਦੇ ਕੋ, ਇੱਕ ਚੀਜ਼ ਤੁਰ ਰਹੀ ਅਤੇ ਉਹਨੂੰ ਹਾਜ਼ਰ ਹੋ ਕੇ ਦਰਸ਼ਨ ਕਰੋ, ਪਹਿਲੋਂ ਤੁਰਦੀ ਚੀਜ਼ ਨੂੰ
एक सैकल ते जा रहा तो एक तुर रहा, दोवें इकट्ठे नहीं तुर सकते। हाजिर पता लग गया, एक बंदा स्कूटर ते जा रहा तो एक बराबर ते तुर सकते, स्कूटर वाला अगे लग जू तो तुरन वाला पिछे रह जू। तुरदे को तुरदा मिले, उडते को उडता, उडते को उडती चीज़ हवाई जहाज नूं सैकल नहीं मिल सकता, कार नहीं मिल सकती। जीवते को जीवता मिले ते मुए को, ये जिहड़े बाबा अजीत सिंह ते बाबा जुझार सिंह ते बाबा फतेह सिंह ते बाबा जोरावर सिंह है ना, ये जिउंदे ने। इन्हां दी कहानी सुन नूं तुहानूं जींदे होना पैना है। मरिया बंदा इन्हां दी कहानी नहीं सुन सकदा। आखो वाहिगुरू, इन्हां दी वीरता दे वचन मरिया बंदा नहीं सुन सकूगा। ते तुसीं आखो जी असीं जे मरे हाँ तो महाराज जींदे होण दी इहो जी कि दवाई आ जिहड़ी एक मिनट विच जिउंदिया कर दे। साहब कहिंदे हलत सुख पलत सुख नित सुख सिमरनो नाम गोबिंद का, सदा लीजे मिटे कमाणे पाप चराणे। अगे लिखिया साध संगत मिल, संगत विच बह के मरे जींदे हो जांदे जे आखां ते विसरे आख लो। हाँ वाहगुरू वाहगुरू, जिउंदे हो जाओ फिर जिउंदियां दी गल सुनियो, जिउंदियां दी कथा सुन ली, जिउंदे हो जाओ। जीवत पेखे जिन्हें हर हर ते आया, साध संगतनी बादशाह शाह वपारी मरना जो दीसे सो, ये सब नू काल ने फड़ के लै जाना है। आओ जिहड़े काल दे मूँह च नहीं पए उन्हां दी गल सुन ली, पहलों काल दे मूँह चो निकलो। हर हर नाम जपंतिया कछ ना कहे, जमकाल तो बचन लई वाहिगुरू का नाम जपो। आपां जिउंदे हो के जिउंदिया दे बचन सुनीए, एक मन एक चित हो के मेरिया भैणा वीर रीढ़ की हड्डी सिद्धी करो, गुरु ग्रंथ साहब नू हाजर नाजर मान के वाहिगुरू शब्द नू मूँह तो कह के कन्ना तो सुनो। दो मिनट बाद तुसी महसूस करोगे असी जिउंदे हो गए, ताडे अंदरों कुछ जिउंदा हो गया। ਵਾਹਿਗੁਰੂ 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 ਖੁੱਲ ਕੇ ਜੀਓ। रज रज के जपो जपो। जिनर नाम तुहारो कहा, दारद दुष्ट दोख ते रहा। सतनाम श्री वाहिगुरु। समा दौड़ जाना है, शहीदां नूं याद करिए। चमकौर दी घड़ी दा इतिहास सरवण करन लई मन नूं एकाग्र करो।
ਅਗਣਤ ਸ਼ਾਹ ਆਪਣੀ ਦੇ ਅਤੇ ਖਾਤ ਪੀਤ ਵਰਤੇ। ਆਪਣੇ ਘਰ ਦੀ ਕਹਾਣੀ ਪਹਿਲਾਂ ਵੇਖੋ, ਸ਼ਾਹ ਨੇ ਸਾਨੂੰ ਕੀ ਕੁਝ ਦਿੱਤਾ ਹੈ। ਅਗਣਤ ਦਾਤਾਂ ਸ਼ਾਹ ਨੇ ਦਿੱਤੀਆਂ। ਆਖੋ ਵਾਹਿਗੁਰੂ, ਉਹਨਾਂ ਸਾਰੀਆਂ ਦਾਤਾਂ ਨੂੰ ਖਾਤ ਪੀਤ ਵਰਤੇ ਆਨੰਦ ਉਲਾਸ, ਜਿਹਨਾਂ ਨੂੰ ਸੁਖਮਨੀ ਸਾਹਿਬ ਆਉਂਦੀ ਬੋਧੋ, ਖਾਤ ਪੀਤ ਵਰਤੇ ਆਨੰਦ ਉਲਾਸ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਰਹਿਮਤਾਂ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਵਰਤਦੇ ਹਾਂ। ਧਿਆਨ ਦਿਓ ਜਰਾ, ਅਗਲੀ ਤੁਕ ਵਿੱਚ ਸਾਹਿਬ ਕਹਿੰਦੇ, ਆਪਣੀ ਅਮਾਨ, ਜਿਹੜਾ ਤੁਹਾਡੇ ਘਰ ਖਾਣ ਪੀਣ ਵਾਲਾ ਸਮਾਨ ਆ ਉਹ ਰੱਬ ਦਾ ਦਿੱਤਾ ਹੈ। ਆਖੋ ਵਾਹਿਗੁਰੂ, ਕੱਪੜੇ ਪਾਉਣ ਵਾਲੇ ਰੱਬ ਦੇ ਦਿੱਤੇ, ਧੀਆਂ ਪੁੱਤਰ ਘਰ, ਇਹ ਖੁਸ਼ੀਆਂ ਸਵਾਸ ਰੱਬ ਦੇ ਦਿੱਤੇ। ਇਹ ਦਿੱਤੇ ਹੋਏ ਸਵਾਸਾਂ ਨੂੰ ਆਪਣੀ ਅਮਾਨ, ਅਮਾਨ ਬਣੇ ਅਮਾਨਤ, ਅਮਾਨ ਬਣੇ ਜੀ, ਇਹ ਜਿੰਨੀਆਂ ਚੀਜ਼ਾਂ ਤੁਹਾਡੇ ਘਰ 'ਚ ਨੇ, ਤੁਹਾਡੇ ਆਲੇ ਦੁਆਲੇ ਅਨਵਾਇਰ ਵਿੱਚ ਨੇ, ਜੋ ਕੁਝ ਰੱਬ ਨੇ ਦਿੱਤਾ, ਇਹ ਕਿਹਦਾ ਦਿੱਤਾ? ਰੱਬ ਦਾ। ਅਮਾਨਤ ਆ ਰੱਬ ਦੀ, ਵਰਤਣ ਨੂੰ ਦਿੱਤੀ। ਜਿੱਦਣ ਆਪਣੀ ਅਮਾਨਤ ਵਾਹਿਗੁਰੂ ਸਾਡੇ ਕੋਲੋਂ ਮੰਗਦਾ, ਤਾਂ ਅੱਗੇ ਲਿਖਿਆ, ਅਗਿਆਨੀ ਮਨ ਰੋਸੀ ਜਾਂਦਾ, ਮੈਂ ਨਹੀਂ ਗੁਰਦੁਆਰੇ ਆਉਣਾ। ਆਪਣੀ ਅਮਾਨ ਕੱਛ ਬਾਹਰ ਨਹੀਂ ਬਾਹਰ। ਦੁਬਾਰਾ ਮੰਗਦਾ ਹੈ ਸ਼ਾਹ, ਵੀ ਜੇ ਜੀਤਾਂ ਸਮਝਦਾ ਹੈ ਵੀ ਮੈਂ ਦਿੱਤੀਆਂ ਨੇ, ਤਾਂ ਭਲਿਆ ਰੱਖ ਆਪਣੇ ਕੋਲ ਹੀ, ਮਗਰ ਮੇਰੀਆਂ ਜਾਣ ਕੇ ਵਰਤ। ਆਖੋ ਵਾਹਿਗੁਰੂ, ਜੇ ਤੁਸੀਂ ਗੱਡੀ ਕਦੀ ਗੁਰੂ ਦੀ ਜਾਣ ਕੇ ਵਰਤੋ, ਤਾਂ ਉਹਦੇ 'ਚ ਕਦੀ ਸ਼ਰਾਬ ਨਾ ਰੱਖੋ। ਧਿਆਨ ਦਿਓ ਜਰਾ, ਜੇ ਤੁਸੀਂ ਘਰ ਗੁਰੂ ਦਾ ਦਿੱਤਾ ਜਾਣੋ, ਤਾਂ ਘਰ ਵਿੱਚ ਕਦੀ ਸ਼ਰਾਬ ਨਾ ਪੀਓ। ਨਹੀਂ ਨਹੀਂ, ਜਦੋਂ ਉਹਨੇ ਕਿਹਾ ਘਰ ਮੇਰਾ, ਇੱਥੇ ਸ਼ਰਾਬ ਨਾ ਲਿਆਈ, ਅਗਿਆਨੀ ਮਨ। ਜਦੋਂ ਕਹਿੰਦਾ ਇਹ ਗੱਡੀ ਰੱਬ ਦੀ ਦਿੱਤੀ ਹੈ, ਇਹਦੇ ਵਿੱਚ ਭਲਿਆ ਗੁਰਬਾਣੀ ਦੀਆਂ ਪੋਥੀਆਂ ਰੱਖ, ਸ਼ਰਾਬ ਦੀਆਂ ਪੇਟੀਆਂ ਨਾ ਰੱਖ, ਅਗਿਆਨੀ ਮਨ ਰੋਸ ਕਰੇ। ਇੱਕ ਵਾਰ ਉਹਦੇ ਕੋਲੋਂ ਦਾਤਾਂ ਲੈ ਕੇ ਇਹ ਜੀਵ ਮੁੱਕਰ ਗਿਆ, ਵਿਸਰ ਗਿਆ, ਕਹਿੰਦਾ ਮੈਂ ਗੁਰਦੁਆਰੇ ਆਉਣੋਂ ਹਟ ਜੂ, ਫਿਰ ਕੀ ਹੋਊ? ਕਰੋੜਾਂ ਲੋਕ ਨੇ ਜਿਹੜੇ ਗੁਰਦੁਆਰੇ ਨਹੀਂ ਆਉਂਦੇ, ਉੱਥੇ ਤੇ ਜੀ ਭਾਈ ਸਾਹਿਬ ਇੱਕੋ ਹੀ ਗੱਲ ਕਹਿੰਦੇ, ਅੰਮ੍ਰਿਤ ਛਕੋ, ਸ਼ਰਾਬ ਨਾ ਪੀਓ। ਸਾਹਿਬ ਕਹਿੰਦੇ ਇੱਕ ਵਾਰ ਤੋਂ ਲੈ ਕੇ ਮੁੱਕਰ ਗਿਆ ਇਹਨਾਂ ਦਾਤਾਂ ਦਾ, ਮੰਨਦਾ ਹੈ ਵੀ ਘਰ ਵੀ ਉਹਦਾ ਹੈ, ਪੁੱਤਰ ਵੀ ਉਹਦੇ, ਗੱਡੀਆਂ ਵੀ ਉਹਦੀਆਂ, ਸਵਾਸ ਵੀ ਉਹਦੇ, ਕਾਰੋਬਾਰ ਉਹਦੇ, ਸਭ ਕੁਝ ਉਹਦਾ ਹੈ, ਮਗਰ ਲੈ ਕੇ ਮੁੱਕਰ ਗਿਆ। ਜਿਉਣ ਹੁਣ ਆਪਣੀ ਪ੍ਰਤੀਤ ਆਪ ਹੀ ਖੋਵੇ, ਇਹ ਵਿਸ਼ਵਾਸ ਹੁਣ ਇੱਕ ਵਾਰ ਤੋਂ ਕਿਸੇ ਕੋਲੋਂ ਚੀਜ਼ ਲੈ ਕੇ ਮੁੱਕਰ ਜਾਵੇ, ਅਤੇ ਵਿਸ਼ਵਾਸ ਦੇਣ ਵਾਲੇ ਖਤਮ ਕੀਤਾ ਕਿ ਲੈਣ ਵਾਲੇ ਨੇ? ਬੋਲੋ, ਜਿੰਨੇ ਦਿੱਤਾ ਸੀ ਉਹਨੇ ਤਾਂ ਤੈਨੂੰ ਇਸ ਕਰਕੇ ਦਿੱਤਾ ਵੀ ਤੂੰ ਚੀਜ਼ ਕੋਲ ਰੱਖੀ ਅਤੇ ਤੈਨੂੰ ਇਹ ਚੇਤਾ ਰਹੇ ਵੀ ਮੈਂ ਚੀਜ਼ ਇਹਦੇ ਕੋਲੋਂ ਲਈ, ਮਗਰ ਜਿੱਦਣ ਤੈਨੂੰ ਚੀਜ਼ ਮਿਲ ਗਈ ਤੂੰ ਤਾਂ ਮਾਲਕ ਬਣ ਬੈਠੋ। ਵਸਤ ਪਰਾਈ ਆਪਣੀ ਘਰ ਮਾਨੇ, ਵਸਤ ਪਰਾਈ ਆ, ਜੋ ਕੁਝ ਇਹਦੇ ਕੋਲ ਹੈ ਇਹ ਸਭ ਕੁਝ ਦਿੱਤਾ ਰੱਬ ਦਾ ਹੈ। ਮਗਰ ਇਹਨੇ ਆਖਿਆ ਨਹੀਂ, ਤਨ ਮਨ ਧਨ ਆਪਣਾ ਘਰ ਥਾਪਿਆ, ਆਪਣਾ ਕਰਕੇ ਥਾਪ ਲਿਆ ਵੀ ਇਹ ਸਭ ਕੁਝ ਘਰ ਵੀ ਮੇਰਾ ਹੈ, ਸਰੀਰ ਵੀ ਮੇਰਾ, ਜੋ ਮੇਰੀ ਮਰਜ਼ੀ ਮੈਂ ਕਰਾਂ, ਹੁਣ ਮੈਨੂੰ ਰੱਬ ਦੀ ਕੀ ਪਰਵਾਹ ਹੋਊ? ਕੇਰ ਸਬਜੂ ਜੀ, ਮੇਰੇ ਪਾਤਸ਼ਾਹ ਜੀ ਕਹਿੰਦੇ ਇੱਕ ਵਾਰ ਲੈ ਕੇ ਮੁੱਕਰ ਗਿਆ ਆਪਣੀ ਪ੍ਰਤੀਤ। ਸੱਜਣਾ, ਦੇਣ ਵਾਲੇ ਨੇ ਵਿਸ਼ਵਾਸ ਖਤਮ ਨਹੀਂ ਕੀਤਾ, ਤੂੰ ਲੈ ਕੇ ਮੁੱਕਰ ਗਿਆ, ਤੂੰ ਵਿਸ਼ਵਾਸ ਖਤਮ ਕਰ ਲਿਆ, ਹੁਣ ਤੂੰ ਕਰੋੜ ਵਾਰ ਨੱਕ ਰਗੜੀ ਬੌਰ ਉਸਕਾ। ਆ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਉਹਦੀ ਚੀਜ਼ ਉਹਦੇ ਅੱਗੇ ਰੱਖਤੀ, ਉਹਦੀ ਚੀਜ਼। ਆਖੋ ਵਾਹਿਗੁਰੂ, ਜਿਸ ਕੀ ਬਸਤ ਆ ਦਿੱਤੇ ਪੁੱਤ ਰੱਖਤੇ ਉਹਦੇ ਚਰਨਾਂ 'ਚ, ਇਹਨੂੰ ਕਹਿੰਦੇ ਵਿਸ਼ਵਾਸ ਪਾਤਰ। ਆਖੋ ਵਾਹਿਗੁਰੂ, ਇਹਨੂੰ ਕਹਿੰਦੇ ਰੱਬ ਦੇ ਵਿਸ਼ਵਾਸ ਜਿੱਤ ਲਿਆ। ਆਪਾਂ ਸਾਰਿਆਂ ਨੇ ਉਹਦੇ ਕੋਲ ਦਾਤਾਂ ਲਈਆਂ ਅਤੇ ਦਾਤਾਂ ਲੈ ਕੇ ਮੁੱਕਰ ਗਏ, ਅਤੇ ਆਪਣੀ ਪ੍ਰਤੀਤ ਹੁਣ ਕਰੋੜ ਜਨਮ ਨੱਕ ਰਗੜੀ ਵੀ ਮਨੁੱਖਾ ਜਨਮ ਦੁਬਾਰਾ ਦੇ, ਉਹ ਕਹਿੰਦਾ ਨਹੀਂ, ਇੱਕ ਵਾਰ ਦੇ ਕੇ ਵੇਖਿਆ ਤੈਨੂੰ, ਤੂੰ ਤਾਂ ਮੁੱਕਰ ਗਿਆ ਸੀ, ਆਪਣੀ ਪ੍ਰਤੀਤ ਫਿਰ ਬੌੜ ਉਸਕਾ, ਤੇਰਾ ਵਿਸ਼ਵਾਸ ਕੌਣ ਕਰੂਗਾ? ਇੱਕ ਵਾਰ ਲੈ ਕੇ ਮੁੱਕਰ ਗਿਆ, ਆ ਇੱਧਰ ਵੇਖ ਮਰਦ ਬਾਪੂ ਵੱਲ, ਦੋ ਰਾਤ ਦੇ ਵਿਛੜ ਗਏ ਨੇ। ਆਖੋ ਵਾਹਿਗੁਰੂ, ਮਾਤਾਵਾਂ ਨੂੰ ਦਿੱਲੀ ਨੂੰ ਭੇਜਤਾ ਹੈ, ਅੱਜ ਰਹਿੰਦੇ ਪਰਿਵਾਰ ਦੇ ਦੋ, ਇੱਕ 18 ਤੇ 14 ਸਾਲਾਂ ਦਾ ਪੁੱਤ ਕੋਲ ਆ, 18 ਤੇ 14 ਸਾਲਾਂ ਦਾ। ਮੈਂ ਇਮੋਸ਼ਨਲ ਨਹੀਂ ਤੁਹਾਨੂੰ ਕਰਨਾ, ਮੈਂ ਤੇ ਸੂਰਬੀਰਾਂ ਦੇ ਬਚਨ ਸੁਣਾਉਣੇ ਨੇ, ਨਾ ਮੈਂ ਤੁਹਾਨੂੰ ਰੋਣਾ ਹੈ, ਮਗਰ ਇੱਕ ਵਾਰ ਵੇਖੋ ਹਾਂ ਆਪਣੇ 18 ਸਾਲ ਦਾ ਪੁੱਤਰ, ਤੁਸੀਂ ਵੀ
ਆਖੋ ਵਾਹਿਗੁਰੂ। ਜਦੋਂ ਮੋਟਰਸਾਈਕਲ ਦੀ ਚਾਬੀ ਘਰੋਂ ਕੱਢ ਕੇ ਦਿੰਦੇ ਹੋ ਕਾਲਜ ਜਾਣ ਲਈ ਕੀ ਕਹਿੰਦੇ ਹੋ? ਪੁੱਤਰਾ ਬਚ ਕੇ, ਪੁੱਤਰਾ ਧਿਆਨ ਨਾਲ ਗੱਡੀ ਚਲਾਈ, ਮੋਟਰਸਾਈਕਲ ਧਿਆਨ ਨਾਲ ਚਲਾਈ ਬੇਟਾ, ਬੇਫਿਕਰਾ ਹੋ ਕੇ ਨਾ ਚਲਾਈ। ਅੱਜ ਕੱਲ੍ਹ ਹਾਲਾਤ ਬੜੇ ਖਰਾਬ ਨੇ, ਬਚ ਕੇ ਕਹਿੰਦੇ ਹੋ ਨਾ। ਇੱਧਰ ਇਹਦੇ ਵੱਲ ਵੇਖੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਵੱਡਾ ਕੋਲ ਆ ਗਿਆ, ਪਹਿਲੋਂ ਸੱਤ ਸੱਤ ਦੇ ਜਥੇ ਗਏ ਨੇ, ਸੱਤ ਤੇ ਸੱਤ 14 ਸ਼ਹੀਦ ਹੋ ਗਏ। ਆਖੋ ਵਾਹਿਗੁਰੂ। ਦੋ ਜਹਾਨ ਦੇ ਮਾਲਕ ਦੇ ਕੋਲ ਗੱਲਾਂ ਨਾ ਕਰੋ ਵੀਰ ਜੀ, ਗੱਜ ਕੇ ਬੋਲੋ ਵਾਹਿਗੁਰੂ। ਦੋ ਜਹਾਨ ਦੇ ਮਾਲਕ ਦੇ ਕੋਲ 18 ਸਾਲਾਂ ਦਾ ਪੁੱਤ ਛਾਲ ਮਾਰ ਕੇ ਆ ਗਿਆ। ਜਿਸ ਕੀ ਬਸਤ ਰੱਖਣ ਲੱਗੇ ਨੇ ਉਹਦੇ ਅੱਗੇ, 18 ਸਾਲਾਂ ਦਾ ਪੁੱਤਰ ਕੋਲ ਛਾਲ ਮਾਰ ਕੇ ਆਇਆ। ਇੱਕ ਵਾਰ ਆਪੋ ਆਪਣੇ ਘਰਾਂ 'ਚ ਤੁਹਾਡੇ ਵੀ 18 ਸਾਲ ਦੇ ਪੁੱਤਰ ਪੋਤਰੇ ਹੋਣਗੇ, ਇੱਕ ਵਾਰ ਸ਼ਕਲ 'ਚ ਵੇਖੋ 18 ਸਾਲਾਂ ਦਾ ਬੱਚਾ ਕਿੱਡਾ ਹੁੰਦਾ। ਅੱਜ ਪਹਿਲੀ ਵਾਰ ਕਲੇਜੇ ਦੇ ਨਾਲ ਲਾਇਆ, ਆਖੋ ਵਾਹਿਗੁਰੂ। ਅਤੇ ਕਲੇਜੇ ਦੇ ਨਾਲ ਲਾ ਕੇ ਨਾ, ਕਵੀ ਰਾਜ ਸੰਤੋਖ ਸਿੰਘ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੋਢਿਆਂ 'ਤੇ ਹੱਥ ਰੱਖ ਕੇ ਆਖਿਆ, ਜੀ ਸਿਆਂ ਮੈਂ ਤਾਂ ਤੈਨੂੰ ਕਦੀ ਅੱਖਾਂ ਭਰ ਕੇ ਪੁੱਤ ਵੇਖਿਆ ਹੀ ਨਹੀਂ ਸੀ। ਧਿਆਨ ਦਿਓ ਜ਼ਰਾ, ਵੈਸੇ ਮਹਾਤਮਾ ਜੀਵਨ ਵਾਲੇ ਸਿੱਖ ਕਹਿੰਦੇ ਵੀ ਪੁੱਤ ਨੂੰ ਪਲਦਾ ਵੇਖੀਦਾ ਵੀ ਨਹੀਂ। ਨਹੀਂ ਪਤਾ ਲੱਗਾ ਮੈਂ ਕੀ ਕਿਹਾ? ਪੁੱਤ ਨੂੰ ਪਲਦਾ ਵੇਖੀਦਾ ਨਹੀਂ, ਪਲਣ ਦੇਣਾ ਚਾਹੀਦਾ, ਰੋਜ਼ ਰੋਜ਼ ਧਿਆਨ ਨਹੀਂ ਮਾਰਨਾ ਚਾਹੀਦਾ। ਆਖੋ ਵਾਹਿਗੁਰੂ। ਮੋਹ ਵੱਧਦਾ ਇਸ ਤਰ੍ਹਾਂ, ਮੋਹ ਦੇ ਚਿੱਕੜ 'ਚ ਹਮ ਦੇਖਾਂ ਤੈਂ, ਮੋਹ 'ਚ ਸੁਰਤ ਡੁੱਬਦੀ ਜੇ ਰੋਜ਼ ਰੋਜ਼ ਪੁੱਤ ਧੀਆਂ ਨੂੰ ਵੇਖੀਏ ਤੇ, ਰੋਜ਼ ਪੈਸਾ ਹੀ ਵੇਖੀਏ ਤਾਂ ਵੀ ਡੁੱਬੀਦਾ ਹੈ। ਵੇਖਿਆ ਅੱਜ ਪੁੱਤ, ਮੈਂ ਤੈਨੂੰ ਬੜਿਆਂ ਚਿਰਾਂ ਬਾਅਦ ਵੇਖਿਆ, ਤੂੰ ਤਾਂ ਮੇਰੇ ਜਿੱਡਾ ਹੋ ਗਿਆ ਹੈ ਅਜੀਤ ਸਿੰਘ, ਤੂੰ ਤਾਂ ਮੇਰੇ ਜਿੱਡਾ ਲੰਬਾ ਹੋ ਗਿਆ ਹੈ। ਕਲੇਜੇ ਨਾਲ ਲਾਇਆ ਅਤੇ ਕਵੀ ਰਾਜ ਸੰਤੋਖ ਸਿੰਘ ਕਹਿੰਦਾ ਵੀ ਆਹ ਤੁਸੀਂ ਕੱਪੜੇ ਵਾਲੇ, ਤੁਹਾਡੇ 'ਚ ਕੋਈ ਕੱਪੜੇ ਵਾਲਾ ਬੈਠਾ ਹੋਊਗਾ ਜਿਹਦੇ ਨਾਲ ਕੱਪੜਾ ਗਿਣਦੇ, ਉਹਨੂੰ ਕੀ ਕਹਿੰਦੇ ਹੋ? ਉਹ ਕਹਿੰਦਾ ਜਿੱਦਣ ਕਲੇਜੇ ਪਿਤਾ ਦੇ ਨਾਲ ਚਮਕੌਰ ਦੀ ਗੜੀ 'ਚ ਲੱਗਾ ਹੈ ਨਾ, ਗੱਜ ਛਾਤੀ ਚੌੜੀ ਸੀ, ਗੱਜ ਛਾਤੀ ਪੁੱਤ ਦੀ ਜਿਹੜੀ ਛਾਤੀ ਸੀ ਨਾ, ਗੱਜ ਚੌੜੀ ਸੀ ਅਤੇ ਪਿਤਾ ਜਿੱਡਾ ਹੀ ਕੱਦ ਹੋ ਗਿਆ, ਦੋਵਾਂ ਦੇ ਨੇਤਰਾਂ 'ਚ ਨੇਤਰ ਮਿਲੇ। ਆਖੋ ਵਾਹਿਗੁਰੂ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਨਾਨਕ ਨਦਰੀ ਉਸ ਅਜੀਤ ਦੇ ਸਰੀਰ ਵਿੱਚ ਨਿਗਾਹ ਦੀ ਰਾਹੀਂ ਸਰਬ ਨਿਧਾਨ ਜਾ ਕੀ, ਸੁਖਮਨੀ ਸਾਹਿਬ 'ਚ ਪੜ੍ਹੋ ਨਾ, ਸਰਬ ਨਿਧਾਨ ਜਾ ਕੀ ਸਾਰੇ ਖਜ਼ਾਨੇ ਉਹਦੀ, ਤੁਸੀਂ ਵੇਖੋ ਨਾ, ਬੋਲੋ ਨਾ ਲੁਧਿਆਣੇ ਵਾਲੇ, ਤੁਸੀਂ ਵੀ ਉਹਦੀ ਨਜ਼ਰ ਦੇ ਵਿੱਚ ਹੀ ਸਾਰੇ ਹੀ ਖਜ਼ਾਨੇ ਛੁਪੇ ਪਏ। ਸੁਖਮਨੀ ਵੇਖੋ, ਸਰਬ ਨਿਧਾਨ ਜਾ ਕੀ ਸਾਰੇ ਖਜ਼ਾਨੇ ਉਹਦੀ ਉਹਦੀ ਦ੍ਰਿਸ਼ਟੀ ਵਿੱਚ ਹੀ ਸੀ। ਸਰੀਰ ਅਜੀਤ ਦੇ ਵਿੱਚ ਆਪਣੀ ਕਲਾ ਰੱਖਤੀ, ਨਿੱਕੀ ਕੀਰੀ ਮੈਂ ਇੰਨੀ ਕਲਾ ਰੱਖਤੀ ਵੀ ਭਸਮ ਕਰੇ ਲਸਕਰ ਕੋਟ, ਤੇ ਇਹ ਵੀ ਅਸੀਸ ਦੇਤੀ ਜਿਸ ਕਾ ਸਾਸ ਨਾ ਕਾਢਤ ਤਾਂ ਕੋ ਰਾਕਤ ਦੇ ਕਰ ਮਾਨਸ ਜਤਨ ਕਰਤਬ ਤਿਸਕੇ ਕਰਤਬ ਮਾਰੇ ਨਾ ਰਾਖੇ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ। ਸਾਰੀ ਅਸੀਸ ਦੇਤੀ, ਰਾਜ ਮੈਂ ਰਾਜ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ, ਇੰਨੀ ਵੱਡੀ ਸ਼ਕਤੀ ਰੱਖਤੀ ਹਰਨ ਭਰਨ ਜਾਂ ਕਾ ਤਿਸ ਕਾ ਮੰਤਰ ਨਾ ਜਾਣੇ ਹੋਰ, ਅਨੰਦ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾ ਕੇ, ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ। ਐਡੀ ਵੱਡੀ ਜਾਂ ਕੀ ਲੀਲਾ ਕੀ ਮਿਤ, ਇੰਨੀ ਵੱਡੀ ਪਾਵਰ ਅੱਖਾਂ ਰਾਹੀਂ ਪੁੱਤ ਦੇ ਵਿੱਚ ਰੱਖਤੀ। ਕਲੇਜੇ ਨਾਲ ਆਇਆ, ਮੱਥਾ ਚੁੰਮਿਆ, ਪੁੱਤਰ ਅਜੀਤ ਸਿੰਘ ਮੰਗ ਕੀ ਮੰਗਦਾ ਹੈ? ਆਖੋ ਵਾਹਿਗੁਰੂ। ਅਤੇ ਹੱਥ ਜੁੜੇ ਇਸ ਤਰ੍ਹਾਂ ਜਿਸ ਤਰ੍ਹਾਂ ਮੰਗਣ ਲਈ ਕੋਈ ਜੋੜਦਾ ਹੈ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ, ਸਾਰੀ ਕਾਇਨਾਤ ਤੇਰੇ ਕੋਲੋਂ ਇਸ ਤਰ੍ਹਾਂ ਹੱਥ ਜੋੜ ਕੇ ਮੰਗ ਰਹੀ, ਅਤੇ ਅੱਜ ਪੁੱਤ ਵੀ ਪਿਓ ਸਾਹਮਣੇ ਖਲੋਤਾ, ਇਸ ਤਰ੍ਹਾਂ ਹੱਥ ਕੀਤੇ, ਪੁੱਤਰ ਕੀ ਦੇਵਾਂ? ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ, ਡਰਿਓ ਨਾ
ਅੱਜ ਭੁਲੇਖੇ ਪਾਏ ਜਾ ਵੀ ਸ਼ਿਵ ਨਾਮ ਮਹਾਦੇਵ ਦਾ ਹੈ। ਆਹ ਜਿਹੜੇ ਬਲਦ 'ਤੇ ਚੜ੍ਹਨ ਵਾਲਾ ਮਹਾਂਦੇਵ ਆ, ਇਹਦਾ ਨਾਮ ਸ਼ਿਵ ਚੌਪਈ ਸਾਹਿਬ 'ਚ ਰੋਜ਼ ਪੜ੍ਹਦੇ ਹੋ, ਮਹਾਂਦੇਵ ਕੋ ਕਹਿਤ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੰਸਾਰ ਐਸਾ ਭੁੱਲਿਆ ਵਾ, ਇਹ ਤਿੰਨਾਂ ਦੇਵਤਿਆਂ ਵਿੱਚੋਂ ਬ੍ਰਹਮਾ ਵਿਸ਼ਨੂੰ ਅਤੇ ਮਹਾਂਦੇਵ ਦੇ ਵਿੱਚੋਂ ਜਿਹੜਾ ਮਹਾਂਦੇਵ ਆ ਉਹਨੂੰ ਲੋਕ ਸ਼ਿਵ ਕਹਿ ਕੇ ਪੁਕਾਰ ਰਹੇ ਨੇ। ਮਹਾਂਦੇਵ ਕੋ ਕਹਿਤ ਨਿਰੰਕਾਰ ਕਾ, ਇਹ ਨਿਰੰਕਾਰ ਦੇ ਭੇਦ ਨੂੰ ਨਹੀਂ ਇਹਨਾਂ ਨੇ ਜਾਣਿਆ ਵੀ ਸ਼ਿਵ ਨਾਮ ਤਾਂ ਪਰਮੇਸ਼ਵਰ ਦਾ ਗੁਰਬਾਣੀ 'ਚ ਆਇਆ, ਸ਼ਿਵ ਕੇ ਬਾਣ ਸਿਰ ਕੱਟਿਓ, ਸ਼ਿਵ ਸ਼ਿਵ ਨਾਮ ਵਾਹਿਗੁਰੂ, ਵਾਹਿਗੁਰੂ ਦੇ ਉਪਦੇਸ਼ ਦੇ ਨਾਲ ਨਿੰਦਿਆ ਦਾ ਸੁਭਾਅ ਜਿਹੜਾ ਉਹਦਾ ਸਿਰ ਕੱਟਿਆ ਗਿਆ। ਸ਼ਿਵ ਨਾਮ ਵਾਹਿਗੁਰੂ ਦਾ, ਸ਼ਿਵ ਦਾ ਮਤਲਬ ਹੁੰਦਾ ਪਵਿੱਤਰ, ਆਖੋ ਵਾਹਿਗੁਰੂ। ਸ਼ਿਵ ਨਾਮ ਅਤੇ ਪਵਿੱਤਰ ਕੌਣ? ਵਾਹਿਗੁਰੂ। ਵਰ ਮੰਗਿਆ ਜਾ ਰਿਹਾ ਵਾਹਿਗੁਰੂ ਦੇ ਕੋਲੋਂ ਅਤੇ ਲੋਕ ਜੋੜ ਰਹੇ ਨੇ ਸ਼ਿਵਜੀ ਕੋਲੋਂ ਮੰਗਿਆ ਜਾ ਰਿਹਾ, ਨਹੀਂ ਨਹੀਂ। ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ, ਇਹ ਸੰਸਾਰ ਦੇ ਲੋਕ ਮਹਾਂਦੇਵ ਨੂੰ ਸ਼ਿਵ ਕਹੀ ਜਾਂਦੇ ਨੇ। ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ, ਉਹ ਸ਼ਿਵ ਵਾਹਿਗੁਰੂ ਨੇ ਸ਼ਕਤੀ ਨਾਮ ਦੀ ਮਾਇਆ ਪੈਦਾ ਕਰਕੇ ਅਤੇ ਸਾਰਿਆਂ ਨੂੰ ਹੁਕਮ ਵਿੱਚ ਵਰਤਾਈ, ਸ਼ਿਵ ਨਾਮ ਵਾਹਿਗੁਰੂ ਦਾ ਹੈ। ਅਤੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਾਹਿਬਜ਼ਾਦਾ ਅਜੀਤ ਸਿੰਘ ਕਹਿਣ ਲੱਗਾ, ਪਿਤਾ ਜੀ ਦੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ, ਨਾ ਟਰੂੰ ਅਰਸੋਂ ਜਬ ਜਾਏ ਲਰੂੰ। ਸਾਡਾ ਨਿਸ਼ਚਾ ਨਹੀਂ ਰਹਿ ਗਿਆ, ਨਿਸ਼ਚਾ ਬਖਸ਼ੋ, ਨਿਸ਼ਚੈ ਕਰ ਆਪਣੀ। ਸ਼ਸਤਰਨ ਸਿਓ ਅਤ ਹੀ ਰਣ ਭੀਤਰ, ਜੂਝ ਮਰੂੰ ਤੋ ਸੱਚ ਭਤੀਜੈ। ਮਹਾਰਾਜ ਮੈਨੂੰ ਅਸੀਸ ਦਿਓ, ਜਿਹੜਾ ਧਰਮ ਯੁੱਧ ਤੁਸੀਂ ਸ਼ੁਰੂ ਕੀਤਾ ਇਹਦੇ ਵਿੱਚ ਮੈਂ ਵੀ ਹਿੱਸਾ ਪਾਵਾਂ। ਸੱਤ ਸੱਤ ਸਿੱਖ ਜਾ ਕੇ ਸ਼ਹੀਦ ਹੋ ਗਏ ਗਰੀਬ ਨਿਵਾਜ, ਹੁਣ ਆਪਣੇ ਪੁੱਤਰ ਨੂੰ ਤੋਰੋ। ਜਦੋਂ ਪੁੱਤਰ ਨੂੰ ਤੋਰਨ ਲੱਗੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਅਤੇ ਪੁੱਤਰ ਨੇ ਮੰਗ ਲਿਆ ਵੀ ਇਹ ਸ਼ਸਤਰਾਂ ਦੀ ਦਾਤ ਮੈਨੂੰ ਅਸੀਸ ਦੇ ਕੇ ਤੋਰੋ, ਅਤੇ ਹੱਥ ਦੇ ਕੇ ਜਦੋਂ ਤੋਰਨ ਲੱਗੇ ਤਾਂ ਅਜੀਤ ਸਿੰਘ ਨੇ ਵੀ ਪੁੱਛਿਆ, ਪਿਤਾ ਜੀ ਤੁਸੀਂ ਤਾਂ ਮੈਨੂੰ ਟੁੱਕ ਬਲ ਆਪਣਾ ਦੇ ਕੇ, ਬੋਲੋ ਟੁੱਕ ਬਲ ਆਪਣਾ, ਟੁੱਕ ਬਲ ਆਪਣਾ ਅਤੇ ਭੇਜ ਦਿਆਂਗਾ ਸਿੰਘ, ਭੇਜ ਦਿਆਂਗਾ ਆਪਣਾ ਟੁੱਕ ਬਲ ਬਖਸ਼ ਦਿੱਤਾ ਹੈ ਮੈਨੂੰ। ਮਗਰ ਪਿਤਾ ਜੀ ਮੇਰੇ ਕੋਲੋਂ ਕੋਈ ਤੁਹਾਡੇ ਮਨ ਦੇ ਵਿੱਚ ਫੁਰਨਾ ਹੋਵੇ, ਪੁੱਤ ਤੋਂ ਬੜੇ ਫੁਰਨੇ ਹੁੰਦੇ ਨੇ, ਪੁੱਤ ਤੋਂ ਬੜੀਆਂ ਆਸਾਂ ਹੁੰਦੀਆਂ, ਪਿਤਾ ਜੀ ਕੋਈ ਆਸ ਤੁਹਾਡੇ ਵਿੱਚ ਮੇਰੇ ਪ੍ਰਤੀ ਹੋਵੇ। ਅਤੇ ਗੋਬਿੰਦ ਸਿੰਘ ਸਾਹਿਬ ਪਿਤਾ ਗੁਰਦੇਵ ਜੀ ਨੇ ਤੁਹਾਡੇ ਪਿਤਾ ਅਤੇ ਮੇਰੇ ਪਿਤਾ ਨੇ ਕਿਹਾ, ਅਜੀਤ ਸਿੰਘ ਆ ਧਿਆਨ ਦਿਓ ਜ਼ਰਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਅਜੀਤ ਸਿੰਘ ਕਿਸੇ ਦੇ ਮਨ 'ਚ ਹਸਰਤ ਹੁੰਦੀ, ਚਾਹ ਹੁੰਦਾ, ਉਮਾਹ ਹੁੰਦਾ ਵੀ ਪੁੱਤ ਡਾਕਟਰ ਬਣੇ। ਜਿਹੜਾ ਇਬਰਾਹਿਮ ਫਰਿਸ਼ਤਾ ਹੋਇਆ ਨਾ ਗੁਰੂ ਕੇ ਪਿਆਰਿਓ, ਇਹਦਾ ਇਤਿਹਾਸ ਵਿੱਚ ਜ਼ਿਕਰ ਆਇਆ ਵੀ ਇਹਨੇ ਸਾਰੇ ਸੰਸਾਰ ਨੂੰ ਆਖਿਆ ਵੀ ਮੈਂ ਖੁਦਾ ਦਾ ਪੁੱਤ ਹਾਂ, ਮੈਂ ਖੁਦਾ ਦਾ। ਅਤੇ ਇੱਕ ਦਿਨ ਖੁਦਾ ਨੂੰ ਕਿਸੇ ਨੇ ਲੋਕਾਂ ਨੇ ਆਖਿਆ, ਮਹਾਰਾਜ ਆਹ ਜਿਹੜਾ ਫਰਿਸ਼ਤਾ ਹੈ ਨਾ ਇਹ ਕਹਿੰਦਾ ਮੈਂ ਖੁਦਾ ਦਾ ਪੁੱਤ ਹਾਂ। ਅਤੇ ਖੁਦਾ ਨੇ ਸੱਦ ਕੇ ਪੁੱਛਿਆ, ਇਬਰਾਹਿਮ ਤੂੰ ਵਾਕਿਆ ਹੀ ਲੋਕਾਂ ਵਿੱਚ ਪ੍ਰਚਾਰ ਕਰਦਾ ਵੀ ਮੈਂ ਖੁਦਾ ਦਾ ਪੁੱਤ ਹਾਂ? ਇਬਰਾਹਿਮ ਨੇ ਆਖਿਆ, ਹਾਂ ਹੇ ਖੁਦਾ ਮੈਂ ਤੇਰਾ ਪੁੱਤ ਹਾਂ, ਕੋਈ ਇਮਤਿਹਾਨ ਲੈ ਕੇ ਵੇਖ ਲਓ। ਅਤੇ ਖੁਦਾ ਨੇ ਆਖਿਆ, ਚੰਗਾ ਇਬਰਾਹਿਮ ਜਿਹੜਾ ਤੇਰਾ ਛੋਟਾ ਪੁੱਤਰ ਆ ਨਾ, ਆਖੋ ਵਾਹਿਗੁਰੂ, ਇਹਨੂੰ ਸ਼ਰੇਆਮ ਚੌਂਕ ਵਿੱਚ ਖਿਲਾਰ ਅਤੇ ਜਲਾਦ ਤਲਵਾਰ ਲੈ ਕੇ ਆਵੇ ਅਤੇ ਤੂੰ ਅੱਖਾਂ ਗੇੜ ਕੇ ਰੱਖੀ, ਅੱਖਾਂ ਸਾਹਮਣੇ ਵੇਖੀ, ਤੇਰੇ ਪੁੱਤ ਦੇ ਸਿਰ ਵਿੱਚ ਜਲਾਦ ਤਲਵਾਰ ਮਾਰੇ, ਤੇਰੇ ਪੁੱਤ ਦਾ ਸਿਰ 'ਤੇ ਧੜ ਅਲੱਗ ਹੋਵੇ ਅਤੇ ਮੈਂ ਤੇਰੇ ਚਿਹਰੇ ਦੀ ਫੇਸਿੰਗ ਪੜ੍ਹਨੀ, ਮੈਂ ਤੇਰੇ ਚਿਹਰੇ ਨੂੰ ਪੜ੍ਹਨਾ ਹੈ ਵੀ ਤੂੰ ਮੇਰੇ ਉੱਤੋਂ ਪੁੱਤ ਵਾਰਨ ਲੱਗਾ, ਤੇਰੇ ਚਿਹਰੇ ਦਾ ਰੰਗ ਕੀ ਬਦਲਦਾ ਹੈ, ਤੇਰੇ ਆਓ ਭਾਓ ਕੀ ਬਦਲਦੇ ਨੇ। ਅਤੇ ਇਬਰਾਹਿਮ ਨੇ ਆਖਿਆ, ਹਾਂ ਮੈਂ ਤਿਆਰ ਹਾਂ, ਸਾਰੀ ਦੁਨੀਆ ਦੇ ਦੇਖਦਿਆਂ ਮੇਰੇ ਪੁੱਤਰ ਦਾ ਸਿਰ ਲੱਥੂਗਾ ਖੁਦਾ, ਅਤੇ ਮੈਂ ਇਹ ਆਖੂੰਗਾ ਤੇਰਾ ਕੀ ਆ, ਮੈਂ ਮਿੱਠਾ ਕਰਕੇ ਮੰਨੂੰਗਾ, ਮਿੱਠੀ ਆ ਗਿਆ ਫਿਰ ਕੀ ਯਾਨੀ ਮੰਗੂੰਗਾ। ਪਰ ਸੱਚ ਜਾਣਿਓ ਦੁਨੀਆ ਦੇ ਲੋਕੋ, ਗੁਰੂ ਕਿਉਂ ਸਿੱਖੋ, ਜਦੋਂ ਉਹ ਘੜੀ ਆਈ, ਸੱਤ ਕੇ ਨੌ ਸਾਲ ਦਾ ਪੁੱਤਰ ਨੌਜਵਾਨ ਵੇਖਿਆ, ਇੱਥੋਂ ਤਲਵਾਰ ਲਿਆਂਦੀ ਜਲਾਦ ਨੇ, ਪਿਓ ਵੇਖ ਰਿਹਾ ਸੀ, ਅੱਖਾਂ ਹੀ ਅੱਖਾਂ ਵਿੱਚ ਫੁਰਨਾ ਆਇਆ ਕਿ ਹੁਣ ਮੇਰੇ ਪੁੱਤਰ ਦੇ ਤਲਵਾਰ ਵੱਜਣੀ ਅਤੇ ਸਿਰ 'ਤੇ ਧੜ ਅਲੱਗ ਹੋ ਜਾਣੇ ਨੇ। ਡਾਢ ਨਿਕਲ ਗਈ, ਜਲਾਦ ਰੁਕ ਜਾ, ਮੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਲਾ, ਮੈਂ ਪੁੱਤ ਦਾ ਸਿਰ 'ਤੇ ਧੜ ਅਲੱਗ ਹੁੰਦਾ ਨਹੀਂ ਵੇਖ ਸਕਦਾ, ਅੱਖਾਂ 'ਤੇ ਪੱਟੀ ਬਣਾ ਲਈ, ਧਿਆਨ ਦਿਓ ਅੱਖਾਂ ਦੇ ਉੱਤੇ। ਇਬਰਾਹਿਮ ਕੁਰਬਾਨੀ ਨੂੰ ਦੇਣ ਲੱਗਾ, ਇਬਰਾਹਿਮ ਕੁਰਬਾਨੀ ਨੂੰ ਅਤੇ ਪੱਟੀ ਅੱਖਾਂ ਦੇ ਉੱਤੇ ਬਣਾਉਂਦਾ ਹੀ, ਪੱਟੀ ਬਣਾ ਲਈ ਅੱਖਾਂ ਦੇ ਉੱਤੇ। ਵਾਰੇ ਵਾਰੇ ਜਾਵਾਂ ਕਲਗੀਆਂ ਵਾਲਿਆ, ਪਾਤਸ਼ਾਹ ਤੇਰਾ ਪੁੱਤ ਪੁੱਛ ਰਿਹਾ ਅੱਜ
कि मेरे को तुहानू की इच्छा है, मैं की काम करा। तो प्यो पता की कह रहा, आखो वाहगुरु। वह तो कहिंदा मेरिया अखां ते पट्टी बन ली। इधर पिता गुरदेव गुरु गोबिंद सिंह महाराज दुनिया का कलेजा रखने वाला कहिंदा, अजीत सिंह हसरत है मुझे, हसरत है कि बर्छी खाते हुए तुझे देखूंगा। मेरे पुत्रा अजीत सिंह, तेरी छाती च बर्छियां वजन पुत्रा, ते तेरा प्यो चमकौर दी गड़ी ते खलो के वेखे। ज्यों ज्यों तेनू बर्छियां वजन, मैं लोकां दे प्यो वांग डाडा नहीं मारूंगा, मैं अकाल पुरख दे शुकराने विच जकारे छड़ूंगा। पुत्रा जिन्नियां बर्छियां वजनगियां प्यो उन्ने जकारे छड़ूगा कि मेरा पुत्र अज शहीद होया है, मेरा पुत्र सूरमियां दी गिणती च गया। सूरा सो पहचानिए, इत्थे बड़े बड़े सूरमे वेखे ने। आखो वाहिगुरु। इस धरती दे तुहाडे शहर च वी बड़े ने, जिहड़ा किसे दा खाली पलाट पिया मल लो, ये भी सूरमे बने फिरदे ने। सूरमा कौन आ? सूरा सो जो लरे, रिवालवर चुके, बदाक बंदूक चुके, कृपान चुके, सिरसा बरछा चुके, मगर धर्म लई पलाटा लई नहीं, भरा दे पलाट मलन नू नहीं, भैणा दे पलाट मलन नू नहीं, वह सूरमा नहीं गा। आखो वाहिगुरु। कल जो कोई सूरमा हो, जाको हर रंग लागो, हरी दे रंग विच रंगिया जाण वाला रब की बंदगी। वाह गुरु, 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 वाह गुरु। खुल के चमकौर दी गड़ी च बैठो, दर्शन करो उत्थे। जियो आखो सतनाम श्री वाहिगुरु। जाको हर रंग लागो, कलयुग विच असी तो कहने जी आ लुधियाने का बड़ा वड्डा बंदा, इहदे कोल इन्ने पलाट ने, इहनू इन्नी बेईमानी करनी आउंदी, इन्ना पंथ की पिट च छुरा मारना आउंदा, बड़ा सूरमा है। मेरा साहब कहिंदा नहीं, कलयुग विच सूरमा उहनू जिन्नू हरी दा रंग लगा है, हरी दा ते रंग इन्ना गाढ़ा हो गया, रंग इन्ना गाढ़ा हो गया भी रंगण वाला जे रंगे साहब ऐसा सारी कायनात विच ओह जिहा बंदा ना होवे। बाबा अजीत सिंह साहब तुरन लगा ते साहब एक माल पातशाह ने आख्या, बर्छी खाते हुए तुझे देखूं, हसरत है मुझे कि बर्छी खाते हुए पुत्रा मैं तेनू बर्छियां खांदियां वेखा। एक गल मेरी होर सुनी, आखो वाहिगुरु। तू ये पड़दोतड़ा गुरु हरगोबिंद साहब का, जिन्हें चार आ स्थान जिन्हों की याद में, आखो वाहिगुरु, जिन्हें चार जंगा लड़िया ने मुगल हुकूमत नाल, चार जंगा चार, ते पुत्रा तेरे पड़दादड़े ने पता है की कहा सी, चारे जंगा ते जान लग्या वड योधा बहु पब आरोपकारी शहनशाह, ये कह के जंग के उत्ते जांदा सी, तुसी आ काम करो असी जंग जित के आने। एडे वड्डे दादे पड़दादड़े का पुत्ते, ते मैं एक तेनू होर नसीहत दे के पुत्रा कलेजे ना ला के कहिंदा ई कि सनमुख लड़े, ध्यान दिओ जरा बोलो, ना रण ते भागे, ना रण ते। एक गल होर चेते रखी, बर्छी तेरी पिठ च ना वजे, पिठ च उहनां दी वजदी जिहड़े मैदान दे विचों भजदे ने, ते पिठ विच वार वजदे ने। पुत्रा दुनिया ये ना आखे कि गुरु गोबिंद सिंह महाराज का पुत जंग विचों भज गया। अजीत सिंह साहब ने पैरां ते सिर रखिया, सतगुरु तुसीं असीस दिओ, लड़ना ते तुहाडी असीस ने, तुहाडे इशारे ने, तुहाडे बल ने, तुहाडी रहमत ने लड़ना है। मैं ते तुहाडा बच्चा वां, तुहाडा सेवादार हां, असीस दिओ। पुत्रा सनमुख लड़े, ना रण ते भागे, सनमुख लड़ी, जे को सिख गुरु सेती
होवे ता सन्मुख फिर जीव रहे गुर के चरण हिरदे अंतर आत्मे जंग करदा करदा भी निम्रता च रही हंकारी मरदा ही हंकार वाला जे को सब ते आप जाने बलवंत ओ खिनमय होए जाए किसे ना बदे धर्म राय तिस करे गुर प्रसाद जाका मिटे सो जन नानक दरगे ओ प्रवान ही पुत्रा जदा हंकार नहीं हंकार करके ना लड़ी निरंकार दी बख्शिश करके लड़ी दरवाजा खुला आखो वाहेगुरु गज के बोलो ना चमकौर दी घड़ी दे दर्शन चमकौर दी घड़ी दे दर्शन करो एक बार सुरत विच मैं वधाई देना इन्हां गुरमुखां प्यारिया प्रबंधकां नूं तुसी दिन ते मना रहे हो मगर अपने भरावां दे बहुती थाई ते हुण भरावां दा चेता ही भुल गया लोकां नूं साढ़े बाबा जी का इन्ना जन्मदिन साढ़े महापुरशां का आ कुछ साढ़े महापुरशां का आ कुछ इन्हां तों वड्डा महापुरश कौन हो सकता जिन्ह ने अपना खून डोल दिता तुहाडी सरदारी तो आखो वाहिगुरू बाबा अजीत सिंह साहब दो जहान के मालक का पुत्र तुरन लगा ना जदों तो गुरु गोबिंद सिंह महाराज पातशाह ने आख्या चमकौर की गड़ी च पुत्रा मेरे कोल इक्को ही घोड़ा है बगे रंग का ध्यान दिओ किहड़े रंग का पुत्रा नीला तो शहीद हो गया आनंदगढ़ के किले चेता रखियो आनंदगढ़ के किले भुख के दुख तो मेरे साहब एक माल पातशाह का सदा साथी घोड़ा भुख का मारिया शहीद हो गया सी इस बगे घोड़े के उत्ते पुत्रा तेनों मैं भेजन लगा तो बगे घोड़े ते चढ़ के बाबा अजीत सिंह साहब असीस लेके तुरिया तो फिर 10 लाख के घेरे च जा वड़िया आखो वाहिगुरु चंडी की वार विच गुरु गोबिंद सिंह महाराज पातशाह दो जहान के मालक ने यह बचन चेते कराए अजीत सिंह चेते रखी तेथों ही बल राम लै ये गल चेते रखी अपनिया बाहों च अपना बल ना समझी निरंकार का बल समझी चेता रखी तेथों ही बल राम लै नाल बाणा दे सरताया तेथों ही बल कृष्ण लै कंस केसी पकड़ गराया तै ही दुर्गा साज के दंता ना नास कराया ओदे बल नू याद रखी तेरे विच भी ओदा ही बल चल रहा ही अपना बल करके ना वरती बल निरंकार का वरती ते जाके निम्रता विच लड़ी निम्रता नू छड़ी ना निम्रता दा पल्ला ना छड़ी आपस को जो जाने नीचा सब ते उच्चा पुत्रा मिठत नीवी नानका गुण चंगियाईया हंकारी होके ना लड़ी तेरे वाल रब रहूगा तेरे ते रब की बख्शिश होगी तेरे ते रब दियां रहमतां होणगियां 10 लाख के घेरे च तलवार तां वाई मगर हंकारी होके नहीं नमाणा सेवक होके वाई ते फिर गया धन गुरु गोबिंद सिंह महाराज का पुत्र सत सिंह नाल अठवां आप घोड़े ते चढ़ के ते चमकौर साहब च फोटो लगी वेखी होगी म्यूजियम विच फोटो लगी होगी 10 लाख दे विच चंडी दी वार विच एक मेरे साहब एक माल पातशाह बचन लिख दे आखो वाहिगुरु गज के बोलो ना चौंकड़ा बोलो हूरा बोलो हूरा 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 शरणवत बीज नू शरणवत राक्ष होया एक हूरा शरणवत बीज नू घत घेर खलोईयां घत पता कितना घेरियां लाड़ा देखण लाड़ियां चो गिरदे होईयां लाड़ा देखण आ बुढ़िया नू बजुर्गां नू पता मेरी उम्र तो उत्ते वालियां नू पिछे जदों विआह हुंदा सी ना ते फेरे हो जांदे सी ते मुंडे नू कहिंदे सी तू घर आण के मंजे ते बहो आखो वाहिगुरू ते मंजे ते बाल के ना लाड़ा ते पिंड दियां जिन्नियां नौजवान बच्चियां चंगड़थियां हुंदियां सी ना उन्होंने आण के घेरा पा लेना मुंडे नू ते धक्के मारने एक दूसरे दे उत्ते लाड़ा वेखण आईयां साहब जी कहिंदे हरण शरणवत बीज नू इतना घेर लिया हूरां ने जितना लाड़ा देखण लाड़ियां चो गिरदे होईयां ते इतना ही बाबे अजीत सिंह साहब नू 10 लाख ने घेरा पा लिया कोई बरछे वाला कोई तीरां वाला कोई तफंगा वाला कोई गोलियां वाला किस तरह का वार करन वाला आ किला खेडदे ने नौजवान बच्चे इत्थे गदके वाले मेरे नाल आए आखो वाहिगुरु ये जदों किला आ पिछे जे तुसी टीवी दे उत्ते गदके का एक शो वेख्या सी एक 7 साल का बच्चा खेडदा सी ते जिहड़ी जज सी ना वेखदे सो जिहड़ी जज सी ओ अखां दे उत्ते इस तरह हाथ रख लैंदी ते कहिंदी हाए मैं नहीं वेख सकदी अजे 7 के 8 जणियां ने घेरा पाया सी उहनू
एक बार अखां नाल वेखो हां जिहनूं 10 लाख दा घेरा पिया ते 10 लाख दे किले च कल्ला ही खेड रहा, 10 लाख दे वार चल भी रहा वा ते 10 लाख दे विच मार भी रहा। इतिहास ने लिखिया 7 घंटे लड़िया, 7 घंटे 7 घंटे गुरु का कल्ला सिख लड़दा रहा। फिर उहदे डिगण दी देर सी ते दूसरे ने आवाज मारी, आखो वाहिगुरु, पिता जी वड्डा वीर शहीद हो गया, 5 जकारे मैं तुहाडे मूंह तो सुने, इत्थों पता लगा बाबा अजीत सिंह शहीद हो गया, हुण तुसीं मैनूं असीस दिओ। 14 सालां दा पुत सामने आ गया, आखो वाहिगुरु, माण करिया करो। आ जिन्ने नौजवान बैठे हो ना, माण करो अपने इतिहास दे उत्ते। लोगों के वड्डे वड्डे जिहड़े राजे महाराज होए उन्होंने अपनियां इज्जतां वेचतियां, किसी ने अपनी जान बचाउण लई भैणां व्याहतियां ते किसी ने अपनी पग उहदे पैरां च रखती। एक तुहाडा इतिहास आ, पुरजा पुरजा कट मरे ते कबू ना छाडे। अज तक साडे इतिहास नूं दाग नहीं किसी ने लाया, खोपड़ियां लथियां खिरे मत्थे, सिर ते धड़ अलग होए खिड़े मत्थे, बंद बंद कट्टे गए खिड़े मत्थे, बच्चों के कलेजे मूहां च पवाए खिड़े मत्थे, प्रवान किया मौत नूं। बाबा जुझार सिंह अगे आ गया, पिता जी हुण मेरी वारी आ, मैनू भेजो। अजे प्यो ते पुत वचन कर ही रहे सी ते भाई जैता जी जिहड़े भाई जीवन सिंह साहब मुड़ के बने ना, भज के आण के प्यो ते पुत दे विच खलो गए। आखो वाहिगुरू, गज के बोलो प्यो ते पुत दे वचनां दे विच आण के भाई जैते ने हथ जोड़ के आख्या, कलगियां वालिया पातशाह एक पुत सामने शहीद करवा लिया, जे ते 5 जकारे छड़े, अच अच कीता साडी रूह ने तुहाडे कलेजे नूं तुहाडे हौसले नूं। महाराज 2 पुत्र रात दे ते माता तुहाडे कोलों विछड़ चुकी, मातावां दिल्ली नूं चले गईयां ने, अजे पता नहीं परिवार ने मुड़ के मिलना है कि नहीं। इको ही एक पुत तुहाडे कोल 14 सालां दा रह गया। 2 जहान दे मालक जी, दुनिया के उत्ते को बच्चा पढ़न भेजदे आ ना, ते माँ प्यो शाम तक मूँह डीकते रहिंदे ने, दरवाजे वाल वेखते रहिंदे ने वी पुत्र ने मुड़ के आना है। जदों पुत्र कॉलेज चो पढ़ के आउंदा ते माँ प्यो कलेजे नाल आउंदा है, जदों कदी तुहाडा दिल करूगा पुत वेखण नूं कित्थों वेखोगे। तुसीं इस तरह करो, जुझार सिंह नूं रख लो, मैनूं भेजो। ते कलगियां वाले पातशाह ने आख्या, जीवन सिंह तू मेरे कोल रह के तेनूं इन्ना भी नहीं पता लगा कि कल्ला जुझार ते मेरा पुत नहीं, मेरे 4 ते पुत नहीं सी। आखो वाहिगुरू, जुझार सिंह जिहड़े जीवन सिंह जिहड़े गढ़ी च खलोते ये भी मेरे पुत, ते जिहड़े गढ़ी तो बाहर तीर छड़ रहे ने वह भी मेरे पुत। इत्थे बगाना तो है ही कोई नहीं, इह ते धर्म दी ते पाप दी लड़ाई हो रही आ, इह ते धर्म युद्ध हो रहा है। इहदे विच उहनां कोलों उहनां दा रोल करवाया जा रहा है, इधर मेरे कोलों प्यो दा रोल कराया जा रहा है, इहनां कोलों पुत्तां दा रोल कराया जा रहा है। जाणदे मेरे जुझार सिंह नूं भी नहीं, पिता जी हथ जोड़ के बेनती आ, पुत कित्थों वेखोगे। तो प्यो ने पता की कहा सी, आखो वाहिगुरू, बड़े माण भरे शब्द कहे सी लुधियाने वाले, ओ गुरु क्यों सिखो, इहनूं पीरीपुर मुल्तान भी कहिंदे जे लुधियाने नूं, बड़ा प्रचार कर सकते हो तुसीं इत्थों, बड़ा वड्डा शहर आ, बड़े स्रोत ने तुहाडे कोल प्रचार करन दे। आखो वाहिगुरू, जिन्ने तगड़े तगड़े प्रचारक इत्थे, जिन्ने तगड़े रागी इत्थे, जिन्ने तगड़े तगड़े सोर्स तुहाडे कोल इत्थे आ, तगड़े होके प्रचार करो, गुरसिखी का सुनियो। गुरु कलगीधर पातशाह ने की किया, बंद कर दे पुत। जीवन सिंह तू कहना पुत वेखण की कहानी, ये 14 सालां दे बाबे जुझार सिंह वाल वेख, मैं इहदे चेहरे नूं चेते रखूंगा। एक दिन ऐसा आऊगा मैं शरीर छड़ दूंगा अपना, फिर मैं गुरु ग्रंथ साहब दे विच बैठा होऊंगा चौंकड़ा मार के। मेरा सिख जिदन कोई 14 सालां दा अपने पुत नूं दमाला बना के गुरुद्वारे लैके आऊगा ना, नहीं समझ रहे, मेरा सिख अपने पुत नूं 14 सालां दे नूं दमाला बना के, जब मेरे दर्शन को आओ बन सचेत तन, छत्र सजाओ छत्र बना के कमर कस्सा करके, मेरे पुत दा जिदन कोई 14 सालां दा सिख दा पुत गुरुद्वारे आऊगा ना। गुरु ग्रंथ साहब विच बैठा मैं उस सिख दे पुत दे मूँह तो अपना जुझार वेख लूं, रहिंदी दुनिया तक वेखूं, रहिंदी दुनिया तक वेखूं। ऐसा होया, फिर बाबा जीवन सिंह साहब निरउत्तर हो गया, सिर नवा के परे हो गया, ते फिर प्यो ते पुत सामने हुए। आखो वाहिगुरु, ते पुत ने फिर आख्या, दे शिवा हे रब हे सस हे करुणा निध, मेरी अभय
मेरी बेनती सुनो, मैनू भी भेजो जिथे वीर भेजा जे, जिन्या असीसा वीर दिखा जे। वह डिग रहा पुरजा पुरजा कट के, कभी बाह लत्थी, कभी लत लत्थी, कभी कन्न लत्था, ते तुसी इत्थों असीसा दे रहे हो। जिंदा रहो पुत्रा, जिंदा रहो पुत्रा। वह असीसा मैं भी लैनिया चाहना। पुत तो पुरजा पुरजा कटिया जा रहा सी, वो किहड़ा जीवन सी जिहड़ा पुत नूं तुसी दे रहे सो। वो पुरजा पुरजा कट के डिग रहा सी, ते तुसी कह रहे सो जिंदा रहो पुत्रा, जिंदा रहो पुत्रा। वह असीस मैनू भी दिओ। जुझार सिंह नूं कोल लिया, गल ना लाया, अपने गल विचों श्री साहब ला के मेरे कलगीधर पातशाह ने उहदे हत्थां ते रखी। आखो वाहिगुरू। वड्डा तेगा उहदे हत्थ विच फड़ा के अपने हत्थ नाल कलगी सवारी। पुत्रा एक कलगी दी लाज रखियो, पुत्रा ये पाए शस्त्रां दी लाज रखियो, एक गल दी होर लाज रखियो कि तुहाडे बाबे ने सीस लवाता, तिलक जंजू राखा प्रभ ताका किन्नो बड़ो, सातन एत इती जन करी सीस दिया। उस दादे दे पुत्रे हो, 10 लाख दे घेरे च जाके पुत्रा पिछे भौंक ना वेखी, सनमुख होके लड़ी। जदों तुरन लगा ते आवाज मार के गुरु गोबिंद सिंह महाराज ने कहा, जुझार सिंह एक गल का पुत मैनू अफसोस आ। पिता जी केड़ी गल का? वड्डे तेरे वीर नूं मैं घोड़े ते भेजिया, मेरे कोल हुण तेरे लिए घोड़ा नहीं, तू पैदल जा पुत, ते तेनू 10 लाख विच पैदल नूं लड़ना पैना है। आखो वाहिगुरू। ते फिर पैदल वड़िया, 10 लाख दे घेरे च गुरु गोबिंद सिंह महाराज का 14 सालों का पुत, फिर पैदल गया। पैदल घंटिया वधी तलवार वाही, प्यो गढ़ी दे उत्ते वेख रहा है, कदी पुत दा हाथ लथ रहा, कदी पुत दा कन्न लथ रहा, कदी लत कटी जा रही। पुरजा पुरजा कट के धन गुरु गोबिंद सिंह महाराज का। यह लाडला पुत्र भी आखिर शहादत का जाम पी के उन्हां सूरमिया की गिणती च जाके दाखिल हो गया, जेड़े पुरजा पुरजा कट मरे ते कबू ना छाडे खेत। इस तरह मेरे गरीब नवाज पातशाह दे 43 सिखां दे विचों आप ते 2 पुत्र। आखो वाहिगुरू, गज के बोलो। 43 सी अंदर, 40 सिख, 2 साहिबजादे ते 43 आप कलगियां वाले पातशाह। 2 पुत शहीद हो गए, दूसरे सिंह 39 शहीद हो गए, ये 3 सिंह बचे, चौथे आप बचे। ते जदों पहली बार मलेरकोटले का नवाब लगा ना पौड़ी ला के चढ़न, आखो वाहिगुरू, ते साहिब कमाल ने आवाज दिती, नार खां तेनू पता नहीं अंदर कौन बैठा है। आखो वाहिगुरू, गज के बोलो। नार खां तेनू पता नहीं अंदर कौन बैठा है, तेरी जरूरत कितना पै गई अंदर सीस चुकन दी। अल्लाह यार खां जोगी कहिंदा एक चिल्ले ते चाढ़ के तीर गुरु गोबिंद सिंह महाराज पातशाह ने नार खां की पुरपड़ी च मारिया, पौड़ी समेत नार खां डिगा, नाले धौन टुट गई ते नाले जहान तो कूच कर गया। दूसरा जरनैल चढ़िया, उहदी पुरपड़ी च तीर मारिया गुरु गोबिंद सिंह महाराज पातशाह ने। फिर तीसरा तां कंधोले लोके ख्वाजा मरदूद जान बचा गया। धन गुरु गोबिंद सिंह महाराज पातशाह अज रात पंथ कोलों आग्या लिखे, आप जो ताड़ी मार के निकले ना, उत्थे गुरुद्वारा की आ ताड़ी साहब, ते उत्थे एक तुक लिखी मैनू भुल गई आ। आखो वाहिगुरू, गज के बोलो। जिथे बाबे दया सिंह साहब ने गुरुद्वारा बनाया ना ताड़ी साहब विधि चंद वालिया, उत्थे एक बोर्ड के उत्ते तुक लिखी आ। उहदा मतलब यह आ कि पीरे हिंद रवद, हिंद का पीर जा रहा जे, अगलिया लाइना का यह मतलब बनता है, जे किसी ने अपनी माँ का खालस दुध पीता है तो मैं कल्ला ही जा रहा जे, मैनू रोक के विखाओ। साहब कमाल गुरु गोबिंद सिंह महाराज पातशाह 2 जहान का मालिक इतों गढ़ी के विचों गढ़ी में छड़ के गरीब नवाज पातशाह माछूवाड़े में चले गए। तो माछूवाड़े जाके जो टिंड का सराहना लिख के सुते सी सरकार, आखो वाहिगुरू, पहलो टिंड नाल पानी पीता, फिर टिंड का सराहना लिख के लम्मे पै गए। तो मेरे गरीब नवाज पातशाह गुलाबे ने आण के उठाया, पैरां ते सिर रख्या, हे 2 जहान के मालिक जी, अज मेरे बाग नूं भाग लाए जे, इत्थे को लम्मे पै हो, मेरे घर चलो। तो धन गुरु गोबिंद सिंह महाराज पातशाह ने बड़े प्यारे बचन किए। गुलाबे ने आख्या, साहबा ताड़ी हालत वेखी नहीं जाती, ना कलगी, ना ताज, ना बाज, ना अज तुहाडे कोल पातशाहियां। ते एडा उच्चा कद कर लिया साहब ने, इतना रीढ़ दी हड्डी करके आख्या, गुलाबिया मेरिया अखा च वेख, अज पुत कोल नहीं, अज परिवार कोल नहीं, अज पातशाहियां जिहड़ियां तैनू दिसदियां कोल नहीं, मगर मेरिया पातशाहियां इस कलगी नाल नहीं सी, मेरिया पातशाहियां च ताज बाजना नहीं सी। महाराज फिर पातशाही कादी सी,
ਜਿਸਨੂੰ ਬਖਸ਼ੇ ਨਾਨਕ। ਗੁਲਾਬਿਆ ਮੈਂ ਪੁੱਤ ਵਾਰ ਕੇ ਆਣ ਕੇ ਵੀ ਅੱਜ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਪੂਰਾ ਕੀਤਾ ਹੈ। ਪੁੱਤਾਂ ਦਾ ਮੋਹ, ਅਨੰਦਪੁਰ ਦੀਆਂ ਪਾਤਸ਼ਾਹੀਆਂ, ਘੋੜੇ ਤਾਜ ਬਾਜ ਅੱਜ ਭਾਵੇਂ ਦੂਰੋਂ ਚਲੇ ਗਏ ਨੇ, ਖੁਸ ਗਏ ਨੇ ਮੇਰੇ ਕੋਲੋਂ, ਸਾਰੇ ਮੇਰੇ ਤੋਂ ਵਿਛੜ ਗਏ ਨੇ, ਮਗਰ ਮੇਰੇ ਨਿਰੰਕਾਰ ਨੇ ਮੇਰੇ ਕੋਲੋਂ ਨਿਤਨੇਮ ਨਹੀਂ ਖੋਇਆ। ਅਤੇ ਨਿਤਨੇਮ ਕੋਲ ਆ ਅਤੇ ਮੇਰਾ ਤਾਜ ਅਤੇ ਬਾਜ ਅੱਜ ਵੀ ਮੇਰੇ ਕੋਲ ਆ। ਉਸ ਸ਼ਹੀਦਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ। ਮੈਂ ਹੱਥ ਜੋੜ ਕੇ ਤੁਹਾਨੂੰ ਲੁਧਿਆਣੇ ਵਾਲਿਆਂ ਨੂੰ ਬੇਨਤੀ ਕਰਾਂ, ਅੰਮ੍ਰਿਤ ਛਕ ਕੇ ਇੱਕ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਜੇ ਰਹਿਣੀ ਰਹੇ, ਬੋਲੋ ਸਾਰੇ ਬੋਲੋ, ਰਹਿਣੀ ਰਹੇ ਉਹ ਸਾਹਿਬ। ਅਤੇ ਅਗਲਾ ਬਚਨ ਚੇਤੇ ਰੱਖਿਓ, ਜਬ ਲਗ ਖਾਲਸਾ ਰਹੇ। ਜੇ ਤੁਸੀਂ ਜਿੱਦਣ ਪੱਥਰ ਦੀ ਮੁੰਦਰੀ ਉਂਗਲ 'ਚ ਪਾ ਲਈ, ਚੇਤਾ ਕਰਿਓ ਕੀ ਮੈਂ ਕਿਹਾ ਵਾ, ਨਹੀਂ ਮੇਰੇ ਨਾਲ ਦੇ ਨਾ ਬੋਲੋ, ਤੁਸੀਂ ਬੋਲੋ। ਜਿੱਦਣ ਨਗ ਵਾਲੀ ਪੁੱਤਰੀ ਪੱਥਰ ਦੀ ਮੁੰਦਰੀ ਉਂਗਲ 'ਚ ਪਾ ਲਈ, ਤੇਜ ਖੋਲਿਆ ਰੱਬ ਨੇ, ਰੁਲੋ ਰੁਲੋ ਛਿੜਕਾਂ 'ਤੇ ਰੁਲੋ। ਤੇਜ ਤਾਂ ਉਹਨੇ ਉਦਣ ਦਿਨ ਦੇਣਾ ਸੀ ਜਿੰਨਾ ਚਿਰ ਤੁਹਾਡੇ ਹੱਥ 'ਚ ਪੱਥਰ ਦੀਆਂ ਮੁੰਦਰੀਆਂ ਨਹੀਂ ਸੀ, ਤੁਹਾਡੇ ਹੱਥ 'ਚ ਮੌਲੀ ਨਹੀਂ ਸੀ, ਤੁਸੀਂ ਕਬਰਾਂ 'ਤੇ ਮੱਥੇ ਨਹੀਂ ਸੋ ਟੇਕਦੇ, ਤੁਸੀਂ ਪੰਡਤਾਂ ਨੂੰ ਹੱਥ ਨਹੀਂ ਸੋ ਵਿਖਾਉਂਦੇ, ਕੇਵਲ ਗੁਰਬਾਣੀ 'ਤੇ ਭਰੋਸਾ ਰੱਖਦੇ ਸੋ, ਤਬ ਲੱਗ ਤੇਜ ਦਿਓ। ਤੁਸੀਂ ਸਵਾ ਸਵਾ ਲੱਖ ਨਾਲ ਇਕੱਲੇ ਇਕੱਲੇ ਲੜੇ, ਜਿੰਨਾ ਚਿਰ ਗੁਰੂ ਦਾ ਤੇਜ ਕੋਲ ਸੀ। ਅੱਜ ਤੁਸੀਂ 2 ਕਰੋੜ ਜੇ, ਆਪਣੀ ਹਾਲਤ ਵੇਖ ਲਓ, ਅੱਜ ਅਖਬਾਰ ਪੜ੍ਹ ਲਓ ਕੀ ਕੁਝ ਲਿਖਿਆ। ਤੁਹਾਡੇ ਗੁਰਦੁਆਰਿਆਂ 'ਚ ਹੁਣ ਵੋਟਾਂ ਮੋਨਿਆਂ ਦੀਆਂ ਪਿਆ ਕਰਨੀਆਂ, ਇਹ ਸਾਡੀ ਕਿਰਪਾ ਨਾਲ ਹੋਇਆ, ਇਹ ਸਾਡੀ ਰਹਿਤ 'ਚੋਂ ਡਿੱਗਣ ਕਰਕੇ ਸਭ ਕੁਝ ਹੋ ਰਿਹਾ। ਅਤੇ ਨਿੱਤ ਨਵੇਂ ਸੋਹਲੇ ਮਿਲ ਰਹੇ ਨੇ ਇਸ ਕੌਮ ਨੂੰ, ਨਿੱਤ ਨਿੱਤ, ਕਦੀ ਕੋਈ ਚੜ੍ਹਦੀ ਕਲਾ ਦੀ ਖਬਰ ਨਹੀਂ ਹੁਣ ਮਿਲਦੀ। ਜਿੱਥੇ ਵੇਖੋਗੇ ਛੇਕ ਹੀ ਹੁੰਦੇ ਜਾਂਦਾ ਹੈ, ਛੇਕ ਕਿਤੇ ਨਹੀਂ ਹੋ ਰਿਹਾ, ਛੇਕ ਸਾਡੀ ਰਹਿਤ 'ਚ ਹੋ ਰਿਹਾ। ਰਹਿਤ 'ਚ ਪੱਕੇ ਰਹੋ, ਮੁੜੋ। ਜੇ ਸ਼ਰਾਬ ਪੀਂਦੇ ਹੋ ਤਾਂ ਛੱਡ ਦਿਓ, ਜੇ ਦਾੜੇ ਦੀ ਬੇਅਦਬੀ ਕਰਦੇ ਹੋ ਤਾਂ ਛੱਡ ਦਿਓ, ਜੇ ਮੁੰਦਰੀਆਂ ਪਾਉਂਦੇ ਹੋ ਤਾਂ ਛੱਡ ਦਿਓ। ਆਹ ਕੜਾ ਪਾਓ ਹੱਥ ਵਿੱਚ, 5 ਕਕਾਰ ਪਾਓ ਹੱਥ ਵਿੱਚ, 5 ਬਾਣੀਆਂ ਅੰਮ੍ਰਿਤ ਵੇਲੇ ਉੱਠ ਕੇ ਪੜ੍ਹੋ, 4 ਕੁਰੈਤਾਂ ਤੋਂ ਬਚੋ, 2 ਬਾਣੀਆਂ ਸ਼ਾਮ ਨੂੰ ਪੜ੍ਹੋ, ਅਤੇ ਫਿਰ ਤਬ ਲੱਗ ਤੇਜ ਦਿਓ। ਗੁਰ ਮੇਰੇ ਸਦਾ ਹੈ ਸੋ ਸਤਿਗੁਰ ਪਿਆਰਾ ਮੇਰੇ। ਦੱਸੋ ਗੁਰੂ ਕੇ ਪਿਆਰ ਵਾਲਿਓ, ਪੱਥਰ ਦੀ ਮੁੰਦਰੀ ਵਾਲੇ ਨਾਲ ਕਲਗੀਆਂ ਵਾਲਾ ਪਾਤਸ਼ਾਹ ਕਿਤਨਾ ਤਰੇ, ਕਿਤਨਾ ਤੁਰੇ ਤੁਹਾਡੇ ਨਾਲ, ਕਿਤਨਾ ਅੰਦਰ ਬਾਹਰ ਤੁਹਾਡੀ ਮਦਦ ਕਰੇ। ਮੌਲੀਆਂ ਬੰਨਣ ਵਾਲਿਓ, ਤੁਹਾਡੀ ਗੁਰੂ ਬਾਂਹ ਫੜੇ ਤੇ ਕਿਉਂ ਫੜੇ, ਮੌਲੀਆਂ ਲਾਓ, ਕੜੇ ਪਾਓ ਹੱਥਾਂ ਵਿੱਚ, ਪੰਡਤਾਂ ਤੋਂ ਹਟੋ, ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਏਡੀ ਵੱਡੀ ਸ਼ਕਤੀ ਦਾ ਮਾਲਕ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਇੱਕ ਵਾਰ ਨਜ਼ਰ ਹੀ ਪਾ ਦੇ ਤੇ ਲੱਖਾਂ ਪਾਤਸ਼ਾਹੀਆਂ ਦਾ ਬਾਦਸ਼ਾਹ ਬਣਾ ਦਿੰਦਾ ਵਾ। ਇਹਨਾਂ ਮੁੰਦਰੀਆਂ ਨੇ ਤੁਹਾਨੂੰ ਕੀ ਦਿੱਤਾ, ਮੌਲੀਆਂ ਨੇ ਕੀ ਦਿੱਤਾ ਵਾ? ਹੱਥ ਜੋੜ ਕੇ ਬੇਨਤੀ, ਆਪਣੇ ਗੁਰੂ ਨਾਲ ਜੁੜੋ, ਜਿਹੜਾ ਗੁਰੂ ਨਾਲ ਜੁੜੂਗਾ, ਹਲਕਾ ਨਾਮ 'ਤੇ ਆਏ ਕੇ ਹੋ ਹਰਿਆ ਭਾਈ। ਆਹ ਵੇਖ ਲਿਓ, ਪੱਤ ਝੜਦੀ ਰੁੱਤ ਆਉਣ ਵਾਲੀ ਆ, ਸਾਰੇ ਦਰਖਤ ਚਿੰਡ ਮੁੰਡ ਹੋ ਜਾਣੇ ਨੇ, ਮਗਰ ਪੱਤੇ ਚੜ੍ਹਾਉਣ ਤੋਂ ਬਾਅਦ ਵੀ ਜਿਹੜੇ ਦਰਖਤਾਂ ਨੇ ਜੜ੍ਹਾਂ ਥੱਲੇ ਧਰਤੀ 'ਚ ਗੱਡ ਛੱਡਣੀਆਂ ਨੇ, ਥੋੜ੍ਹੇ ਦਿਨਾਂ ਬਾਅਦ ਬਸੰਤ ਨੇ ਤਰਸ ਖਾਣਾ ਹੈ, ਫਿਰ ਹਰੀਆਂ ਭਰੀਆਂ ਹੋ ਜਾਣਾ ਹੈ। ਭਾਵੇਂ ਕਿੰਨਾ ਪੱਤ ਝੜ ਆਇਆ ਹੈ, ਗੁਰੂ ਕੇ ਸਿੱਖੋ, ਗੁਰੂ ਨਾਲ ਜੁੜੇ ਰਹੋਗੇ ਅਤੇ ਫਿਰ ਬਸੰਤ ਦੀ ਰੁੱਤ ਆਜੂਗੀ, ਫਿਰ ਹਰੇ ਭਰੇ ਹੋ ਜਾਓਗੇ। ਤੁਹਾਡੇ ਕੋਲੋਂ ਜਾ ਕੇ ਹੁਣ ਸ਼ਹੀਦਾਂ ਦੀ ਧਰਤੀ ਮੁਕਤਸਰ ਸਾਹਿਬ ਜਾ ਕੇ ਸਾਧ ਸੰਗਤ ਦੇ ਜੋੜੇ ਝਾੜਨੇ ਨੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਪਿਆਰਿਆਂ ਜਿਹਨਾਂ ਤੁਹਾਡੇ ਦਰਸ਼ਨ ਕਰਾਏ, ਇਹਨਾਂ ਦਾ ਧੰਨਵਾਦ। ਤੁਹਾਡੇ ਜੋੜਿਆਂ 'ਚ ਹੱਥ ਜੋੜ ਕੇ ਬੇਨਤੀ ਕਰਦਾ, ਖਲੋ ਕੇ ਵੀ ਰਹਿਤ ਮਰਿਆਦਾ ਨਾ ਤਿਆਗੋ, ਰਹਿਤ 'ਚ ਪੱਕੇ ਰਹੋ, ਸ਼ਰਾਬ ਛੱਡੋ, ਮਾਸ ਛੱਡੋ, ਨਿੰਦਾ ਚੁਗਲੀ ਛੱਡੋ, 24 ਘੰਟੇ ਉਸਤਤ ਵਿੱਚ ਜੁੜੋ, ਨਾਨਕ ਤੇ ਮੁੱਖ ਉਜਲੇ, ਕੀਤੀ ਛੁੱਟੀ ਨਾਲ ਦੀ ਦਾਤ ਮਿਲੂਗੀ ਜੀ, ਭੁੱਲਾਂ ਨਾ ਚਤਾਰਨੀਆਂ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।